ਸ੍ਰੀ ਅਨੰਦਪੁਰ ਸਾਹਿਬ ਪਹੁੰਚੇ ਪੰਜਾਬ ਬੀਜੇਪੀ ਦੇ ਪ੍ਰਧਾਨ ਸ਼ਵੇਤ ਮਲਿਕ ਨੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੇ ਤਿੱਖੇ ਨਿਸ਼ਾਨੇ ਲਾਉਂਦੇ ਹੋਏ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਝੂਠੇ ਵਾਅਦੇ ਕਰਕੇ ਸੱਤਾ ਵਿੱਚ ਆਈ ਸੀ ਤੇ ਹੁਣ ਤੱਕ ਇਹ ਸਭ ਤੋਂ ਨਿਕੰਮੀ ਸਰਕਾਰ ਸਾਬਤ ਹੋਈ ਹੈ। ਉਹਨਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿੱਚ ਪੰਜਾਬ ਨੇ ਬੁਲੰਦੀਆਂ ਦੇ ਸਮਾਨ ਨੂੰ ਟੱਚ ਕੀਤਾ ਸੀ, ਲੇਕਿਨ ਜਦੋਂ ਕਾਂਗਰਸ ਸਰਕਾਰ ਸੱਤਾ ਵਿੱਚ ਆਈ ਉਹਨਾਂ ਨੇ ਝੂਠੇ ਵਾਅਦਿਆਂ ਤੋਂ ਇਲਾਵਾ ਕੁਝ ਨਹੀਂ ਕੀਤਾ। ਪੰਜਾਬ ਵਿੱਚ ਕਾਂਗਰਸ ਦੇ ਖਿਲਾਫ ਇੱਕ ਬਹੁਤ ਵੱਡੀ ਲਹਿਰ ਜਿਹੜੀ ਹੈ ਉਹ ਇਸ ਵੇਲੇ ਚੱਲ ਰਹੀ ਹੈ, ਕਿਉਂਕਿ ਕਾਰਨ ਹੈ ਕਿ ਕਾਂਗਰਸ ਨੇ ਔਰ ਕੈਪਟਨ ਅਮਰਿੰਦਰ ਸਿੰਘ ਜੀ ਨੇ ਝੂਠੇ ਲਾਰੇ ਲਾ ਕੇ ਗੁੰਮਰਾਹ ਕਰਕੇ ਲੋਕਾਂ ਨੂੰ ਪਰਚਾਵੇਂ ਦੇ ਕੇ ਸਰਕਾਰ ਬਣਾਈ ਔਰ ਉਸ ਤੋਂ ਬਾਅਦ ਸਰਕਾਰ ਅੱਜ ਤੱਕ ਦੀ ਸਭ ਤੋਂ ਨਿਕੰਮੀ ਸਰਕਾਰ ਸਾਬਤ ਹੋਈ ਹੈ, ਕਿਉਂਕਿ ਜੋ ਇਹਨਾਂ ਨੇ ਚੋਣ ਮੈਨੀਫੈਸਟੋ ਦਿੱਤਾ ਸੀ ਅੱਜ ਕੁਛ ਵੀ ਪੂਰਾ ਨਹੀਂ ਹੋਇਆ। ਅੱਜ ਕਾਂਗਰਸ ਦਾ ਖੂਨੀ ਪੰਜਾ ਜਿਹੜਾ ਹੈ ਉਹਨੇ ਜਨਤਾ ਨੂੰ ਦਬੋਚ ਲਿਆ ਔਰ ਖੂਨ ਚੂਸ ਰਿਹਾ ਔਰ ਆਮ ਆਦਮੀ ਦਾ ਜੀਣਾ ਮੁਹਾਲ ਕਰਤਾ, ਰੀੜ ਦੀ ਹੱਡੀ 'ਤੇ ਹਮਲਾ ਕੀਤਾ, ਟੈਕਸਾਂ ਦੀ ਮਾਰ ਨਾਲ ਅੱਜ ਕੇਵਲ ਭ੍ਰਿਸ਼ਟਾਚਾਰ ਹੋ ਰਿਹਾ। ਅੱਜ ਤੇਲ ਮਾਫੀਆ ਹੈ, ਰੇਤ ਮਾਫੀਆ ਹੈ, ਸ਼ਰਾਬ ਮਾਫੀਆ, ਅਪਰਾਧੀ ਨੇ ਆਤੰਕਵਾਦ ਸਿਰ ਚੁੱਕ ਰਿਹਾ ਔਰ ਕਾਂਗਰਸ ਜਿਹੜੀ ਹੈ ਉਹ ਮੁੱਖ ਦਰਸ਼ਕ ਬਣ ਕੇ ਦੇਖ ਰਹੀ ਹੈ। ਮੈਨੂੰ ਤਾਂ ਸਰਕਾਰ ਕਿਤੇ ਕੈਪਟਨ ਸਾਹਿਬ ਦੀ ਨਜ਼ਰ ਨਹੀਂ ਆਉਂਦੀ, ਉਹ ਕੈਪਟਨ ਸਾਹਿਬ ਤਾਂ ਕਿਤੇ ਜਾਂਦੇ ਨਹੀਂ, ਨਾ ਉਹ ਆਪਣੇ ਦਫ਼ਤਰ ਜਾਂਦੇ ਨੇ, ਨਾ ਉਹ ਲੋਕਾਂ 'ਚ ਜਾਂਦੇ ਨੇ, ਨਾ ਉਹ ਕੋਈ ਮੀਟਿੰਗਾਂ ਕਰਦੇ ਨੇ। ਅਤੇ ਉਸ ਲਿਹਾਜ਼ ਦੇ ਨਾਲ ਕੈਬਨਿਟ ਮੰਤਰੀ ਜਿਹੜੇ ਨੇ ਉਹ ਵੀ ਭ੍ਰਿਸ਼ਟਾਚਾਰ 'ਚ ਲਿਪਤ ਨੇ ਔਰ ਵਿਧਾਇਕ ਜਿਹੜੇ ਨੇ ਉਹ ਜਨਤਾ 'ਚ ਜਾਣ ਤੋਂ ਘਬਰਾਉਂਦੇ ਨੇ, ਕਿਉਂਕਿ ਕੀਤਾ ਕੁਛ ਵੀ ਨਹੀਂ। ਅੱਜ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਜੀ ਦੀ ਸਰਕਾਰ ਦੇ ਵਿੱਚ ਸ਼ਾਨਦਾਰ ਵਿਕਾਸ ਹੋਇਆ, ਇਨਫਰਾਸਟ੍ਰਕਚਰ ਦਾ, ਪਾਵਰ ਸਰਪਲਸ ਸਟੇਟ ਹੋਈ, ਅੱਜ ਤਾਂ ਪੈਚ ਲਾਉਣ ਦਾ ਕੰਮ ਹੀ ਨਹੀਂ ਹੋ ਰਿਹਾ, ਅੱਜ ਪੰਜਾਬ ਦੇ ਵਿੱਚ ਵਿਕਾਸ ਬੰਦ ਹੈ। ਪੰਜਾਬ ਦੀ ਸਰਕਾਰ ਆਪਾਂ ਪਹਿਲਾਂ ਵੀ ਗੱਲ ਕੀਤੀ ਆ ਵੀ ਬੜੀ ਲਾਪਰਵਾਹ, ਬੜੀ ਗੈਰ ਜ਼ਿੰਮੇਵਾਰ ਆ, ਕੋਈ ਸੰਜੀਦਗੀ ਨਾਲ ਕਿਸੇ ਸਮੱਸਿਆ ਨੂੰ ਲੈ ਨਹੀਂ ਰਹੀ। ਅੰਮ੍ਰਿਤਸਰ ਦਾ ਹਾਦਸਾ ਜਿਹੜਾ ਹੋਇਆ, ਰੇਲ ਹਾਦਸਾ, ਇੱਕ ਸਾਲ ਹੋ ਗਿਆ, ਇੱਕ ਸਾਲ ਦੇ ਬੀਤਣ ਦੇ ਬਾਵਜੂਦ ਵੀ ਜਿਹੜੇ ਮਤਲਬ ਪੀੜਿਤ ਪਰਿਵਾਰ ਆ ਉਹ ਧੱਕੇ ਖਾ ਰਹੇ ਨੇ, ਕੋਈ ਰਾਹਤ ਨਹੀਂ ਦਿੱਤੀ, ਮਤਲਬ ਕਿਸੇ ਵੀ ਦੋਸ਼ੀ ਨੂੰ ਕੋਈ ਸਜ਼ਾ ਨਹੀਂ ਦਿੱਤੀ। ਕੋਈ ਨਾ ਕੋਈ ਤਾਂ ਜ਼ਿੰਮੇਵਾਰ ਸੀ, ਐਡੇ ਵੱਡੇ ਭਿਆਨਕ ਹਾਦਸੇ ਲਈ ਕੋਈ ਉਹਦੀ ਜ਼ਿੰਮੇਵਾਰੀ ਨਹੀਂ ਪਾਈ, ਕੋਈ ਕਿਸੇ ਨੂੰ ਸਜ਼ਾ ਨਹੀਂ ਦਿੱਤੀ। ਆ ਹੁਣ ਹੜ੍ਹਾਂ ਦੀ ਤਬਾਹੀ ਮਚੀ ਆ, ਸਾਡੇ ਸਰਪੰਚ ਸਾਹਿਬ ਬੈਠੇ ਨੇ, ਮਤਲਬ ਸਾਰਾ ਇਲਾਕਾ ਕਹਿ ਰਿਹਾ ਵੀ ਅਜੇ ਤੱਕ ਸਰਕਾਰ ਨੇ ਮੈਡੀਕਲ ਕੈਂਪ ਤੱਕ ਨਹੀਂ ਲਾਇਆ। ਹੜ੍ਹਾਂ ਦੀ ਮਾਰ ਦੀ ਪੀੜਤ ਲੋਕਾਂ ਨੂੰ ਅਸੀਂ ਤਾਂ ਦਵਾਈਆਂ ਵੰਡ ਕੇ ਗਏ, ਸਾਡੇ ਵਰਕਰ ਵੰਡ ਕੇ ਗਏ, ਰਾਸ਼ਨ ਵੰਡਿਆ, ਦਵਾਈਆਂ ਵੰਡੀਆਂ, ਪਰ ਸਰਕਾਰ ਵੱਲੋਂ ਤੁਹਾਡੇ ਸਾਹਮਣੇ ਕੋਈ ਥੋੜ੍ਹੀ ਬਹੁਤੀ ਮਦਦ ਫੌਰੀ ਕਰਨ ਤੱਕ ਨਹੀਂ ਕੀਤੀ, ਇੱਥੋਂ ਤੱਕ ਕਿ ਫਸਲਾਂ ਦੀ ਗਿਰਦਾਵਰੀ ਤੱਕ ਨਹੀਂ ਅੱਜ ਤੱਕ ਕੀਤੀ, ਅਤੇ ਸੜਕਾਂ 'ਤੇ ਮਾੜਾ ਮੋਟਾ ਪੈਚ ਵਰਕ ਵੀ ਨਹੀਂ ਕੀਤਾ। ਆਹ ਜਿਹੜੀ ਅਨੰਦਪੁਰ ਸਾਹਿਬ ਵਾਲੀ ਸੜਕ ਆ ਗੜ੍ਹ ਸ਼ੰਕਰ ਵਾਲੀ, ਇਹਦਾ ਹੋਰ ਨਹੀਂ ਕੋਈ ਕਰ ਸਕਦੇ, ਪੈਚ ਵਰਕ ਤਾਂ ਕਰਾ ਸਕਦੇ, ਪੈਚ ਵਰਕ ਵੀ ਨਹੀਂ ਕਰਾ ਰਹੇ। ਕਦੇ ਕਹਿੰਦੇ ਅਸੀਂ 1 ਕਰੋੜ ਰੱਖਿਆ, ਕਦੇ ਕਹਿੰਦੇ 25 ਕਰੋੜ ਰੱਖਿਆ, ਅਤੇ ਦਵਾਨੀ ਲਾਈ ਨਹੀਂ ਹੈ।